ਦੋਸਤੋ ਦੁਨੀਆ ਪਰਾਂ ਤੋਂ ਪਰਾਂ ਪਈ ਹੈ ਪਰ ਰੱਜੀਆਂ ਰੂਹਾਂ ਬਹੁਤ ਘੱਟ ਮਿਲਦੀਆਂ ਅੱਜ ਦੀ ਇਸ ਵੀਡੀਓ ਰਾਹੀਂ ਆਪਾਂ ਤੁਹਾਨੂੰ ਇੱਕ ਰੱਜੀ ਰੂਹ ਵਾਲੇ ਕਿਸਾਨ ਭਰਾ ਦੇ ਨਾਲ ਮਿਲਵਾਉਣ ਲੱਗੇ ਇਸ ਕਿਸਾਨ ਭਰਾ ਕੋਲੇ ਕੁੱਲ ਸਵਾ 9 ਕਨਾਲਾਂ ਪੈੜੀ ਹੈ ਤੇ 22 ਦੀ ਸਮਝ ਸੋਚ ਇੰਨੀ ਉੱਚੀ ਹੈ ਕਿ 22 ਕਹਿੰਦਾ ਕਿ ਮੈਂ ਆਪਣੇ ਪਰਿਵਾਰ ਦੀ ਲੋੜ ਜੋਕਰੀ ਕੁੱਲ ਖੁਰਾਕੀ ਚੀਜ਼ ਵਸਤ ਦਾ ਵੱਡਾ ਹਿੱਸਾ ਆਪਣੇ ਖੇਤ ਚੋਂ ਹੀ ਪੈਦਾ ਕਰਨਾ ਤੇ ਲਗਾਤਾਰ ਉਹ ਇਦਾਂ ਕਰਦੇ ਵੀ ਪਏ ਆ ਸਵਾ 9 ਕਨਾਲਾਂ ਦੇ ਵਿੱਚ ਅਨੇਕਾਂ ਹੀ ਪ੍ਰਕਾਰ ਦੀਆਂ ਫਲ ਸਬਜ਼ੀਆਂ ਅਨਾਜ ਦਾਲਾਂ ਉਹ ਪੈਦਾ ਕਰਦੇ ਪਏ 22 ਜੀ ਦੇ ਘਰ ਅਤੇ ਖੇਤ ਜੇ ਰੁੱਖਾਂ ਦੀ ਸੰਖਿਆ ਗਿਣੀਏ ਤਾਂ 65 ਰੁੱਖ ਲੱਗੇ ਹੋਏ ਆ 10 ਕੁ ਮਰਲਿਆਂ ਚ ਬਾਈ ਦਾ ਘਰ ਤੇ ਸਵਾ 9 ਕਨਾਲਾਂ ਖੇਤ ਆ 55 ਰੁੱਖ ਤਾਂ ਖੇਤ ਚ ਲੱਗੇ ਹੋਏ ਆ ਤੇ ਬਾਕੀ ਜਿਹੜੇ ਬਚੇ ਹੋਏ ਆ ਉਹ ਬਾਈ ਦੇ ਘਰ ਲੱਗੇ ਹੋਏ ਆ 10 ਰੁੱਖ ਹੁਣ 65 ਦੇ ਵਿੱਚੋਂ 18 ਫਲਦਾਰ ਰੁੱਖਾ ਜਿਨ੍ਹਾਂ ਚੋਂ 14 ਖੇਤ ਲੱਗੇ ਹੋਏ ਆ ਤੇ 4 ਘਰ ਦੇ ਵਿੱਚ ਲੱਗੇ ਹੋਏ ਆ ਤੇ ਬਾਈ ਜੀ ਨਾਲ ਅੱਜ ਮਿਲਣ ਦਾ ਸਵਾਬ ਬਣਿਆ ਇੱਕ ਵਾਰ ਫਿਰ ਤੇ ਆਪਾਂ ਬਾਈ ਜੀ ਨਾਲ ਗੱਲ ਕਰਦੇ ਆ ਸਤਿ ਸ੍ਰੀ ਅਕਾਲ ਜੋਰਾਵਰ ਸਿੰਘ ਜੀ ਸਤਿ ਸ੍ਰੀ ਅਕਾਲ ਬਾਈ ਜੀ ਸੋ ਬਾਈ ਜੀ ਦਾ ਪਿੰਡ ਆ ਚਹਿਲਾ ਜ਼ਿਲ੍ਹਾ ਫਰੀਦਕੋਟ ਤੇ ਨਾਮ ਤੁਸੀਂ ਸੁਣ ਹੀ ਲਿਆ ਸਰਦਾਰ ਜੋਰਾਵਰ ਸਿੰਘ ਸੋ ਬਾਈ ਜੀ ਨਾਲ ਗੱਲ ਕਰਦੇ ਆਂ ਬਾਈ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਹਾਂਜੀ ਕਿ ਵੀ ਵੱਡੇ ਵੱਡੇ ਟੱਕਾਂ ਦੇ ਮਾਲਕ ਸੈਂਕੜੇ ਏਕੜਾਂ ਵਾਲੇ ਹਾਂਜੀ ਮੈਨੂੰ ਨਹੀਂ ਲੱਗਦਾ ਕਿ ਉਹ ਆਪਣੇ ਘਰ ਜਾਂ ਖੇਤ ਦੇ ਵਿੱਚ 18 ਤਰ੍ਹਾਂ ਦਾ ਫਰੂਟ ਖਾਂਦੇ ਹੋਣਗੇ ਤੁਸੀਂ ਲਾ ਰੱਖਿਆ ਇਹ ਦੇਖੋ ਜੀ ਆਪਾਂ ਹੁਣ ਦੇਖੋ ਆਪਾਂ ਅੱਜ ਕੱਲ ਮੀਡੀਆ ਤੇ ਵੀ ਪਤਾ ਲੱਗਦਾ ਟੀਵੀ ਤੇ ਵੀ ਪਤਾ ਲੱਗਦਾ ਵੀ ਕੈਮੀਕਲ ਬਹੁਤ ਵਰਤਿਆ ਜਾਂਦਾ ਆਪਣੇ ਸਬਜ਼ੀਆਂ ਚ ਵੀ ਫਲਾਂ ਚ ਵੀ ਤੇ ਮੈਂ ਤਾਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਵੀ ਖੇਤੀ ਕਰਦਾ ਜਿਹੜੇ ਤਾਂ ਖੇਤੀ ਨਹੀਂ ਕਰਦੇ ਉਹ ਤਾਂ ਮਜਬੂਰ ਆ ਵੀ ਜਿਹੜੀ ਚੀਜ਼ ਮਿਲਦੀ ਉਹੋ ਹੀ ਖਾਣੀ ਪੈਂਦੀ ਆ ਪਰ ਜਿਹੜੇ ਖੇਤੀ ਕਰਦੇ ਉਹ ਤਾਂ ਆਪਦੀ ਸਬਜ਼ੀ ਵੀ ਆਪਦੇ ਮਨ ਮਨਪਸੰਦੀ ਉਗਾ ਕੇ ਖਾ ਸਕਦੇ ਆ ਤੇ ਹੋਰਾਂ ਨੂੰ ਵੀ ਖਵਾ ਸਕਦੇ ਤੇ ਫਰੂਟ ਵੀ ਤੇ ਹੁਣ ਮੈਂ ਵੇਖਿਆ ਜਾਵੇ ਤਾਂ ਕਨਾਲ ਡੇੜ ਕਨਾਲ ਚ ਮੇਰੇ ਕੋਲ ਤਾਂ ਫਲਦਾਰ ਬੂਟੇ ਲਾਏ ਕੋ ਸਬਜ਼ੀ ਵਨਸੋਨੀ ਰੋਤਸਰ ਵਾਲੀ ਸਾਰੀ ਲਾਈ ਦੀ ਆ ਦਾਲ ਵੀ ਆ ਹਾਂਜੀ ਦਾਲਾਂ ਵੀ ਲਾਈ ਦੀਆਂ ਨਾਲ ਤੇ ਮਤਲਬ ਵੀ ਕੋਸ਼ਿਸ਼ ਕਰੀਦੀ ਆ ਵੀ ਜਿਹੜੀ ਵਿੱਚ ਵੀ ਜ਼ਮੀਨ ਚੋਂ ਤਿਆਰ ਹੋਵੇ ਮਤਲਬ ਹੋ ਜਾਂਦੀ ਆ ਤੇ ਉਹ ਬੀਜੀ ਦੀ ਆ ਤੇ ਹੁੰਦੀ ਵੀ ਆ ਵਧੀਆ ਤੇ ਉਹਦਾ ਖਾਣ ਦਾ ਸਕੂਨ ਵੱਖਰਾ ਹੀ ਹੈਗਾ ਜੀ ਆਨੰਦ ਤੇ ਹੋਰ ਕਿਸੇ ਭੈਣ ਭਰਾ ਨੂੰ ਬਾਈ ਦੀ ਤੇ ਉਹ ਵੀ ਬੈਣਾ ਮਤਲਬ ਵੀ ਅਸੀਸਾ ਹੀ ਦਿੰਦਾ ਮਤਲਬ ਵੀ ਵਧੀਆ ਚੀਜ਼ ਚੰਗੀ ਚੀਜ਼ ਆ ਤੇ ਹਾਂਜੀ ਇਸੇ ਮੱਥੇ ਨੂੰ ਰੱਖ ਤੁਸੀਂ ਤੁਸੀਂ ਜਦੋਂ ਖੁਰਾਕ ਦੀ ਗੱਲ ਕਰਦੇ ਆ ਤਾਂ ਦੁੱਧ ਵੀ ਉਹਦੇ ਚ ਆਉਂਦਾ ਹਾਂਜੀ ਤਾਂ ਕਿੰਨੇ ਪਸ਼ੂ ਪਾਲ ਰੱਖਿਆ ਪਸ਼ੂ ਇੱਕੋ ਹੀ ਰੱਖਿਆ ਜੀ ਗਾਂ ਰੱਖੀ ਆ ਤੇ ਉਹ ਵੀ ਬਿਨਾ ਜ਼ਹਿਰ ਵਾਲੇ ਮਲਚਿੰਗਾ ਵਾਲੇ ਪੱਠੇ ਵੀ ਜੇ ਮੇਰੇ ਜੀ ਤੇ ਹਾਂਜੀ ਤੇ ਉਹ ਵੀ ਮੈਂ ਆਪਦੀ ਦੇਖ ਰੇਖ ਚ ਬਾਜ਼ਾਰ ਦੀ ਕੋਈ ਚੀਜ਼ ਗਾਣੂ ਨਹੀਂ ਪਾਉਂਦਾ ਜੀ ਮੈਂ ਤੇ ਹਾਂਜੀ ਵੇਖੋ ਭਾਈ ਬਾਈ ਦੀ ਸਮਝ ਏਡੀ ਉੱਚੀ ਆ ਕਿ ਬਾਈ ਨਾ ਆਟਾ ਪਿਸਵਾਉਣ ਵੀ ਬਾਹਰ ਨਹੀਂ ਜਾਂਦਾ ਬਾਈ ਨੇ ਘਰ ਹੀ ਚੱਕੀ ਲਾ ਰੱਖੀ ਆ ਹਾਂਜੀ ਆਟਾ ਵੀ ਘਰੇ ਪੀਂਦੇ ਆ ਤੇ ਆ ਜਿਹੜਾ ਬਸ ਨੂੰ ਦਾਣਾ ਪਾਣਾ ਉਹ ਵੀ ਉਹ ਵੀ ਘਰੇ ਪੀਂਦੇ ਆ ਹਾਂਜੀ ਤੇ ਸਭ ਤੋਂ ਵੱਡੀ ਗੱਲ ਇਹ ਆ ਮੇਰੀ ਰੱਬ ਨੇ ਸਾਰੇ ਪੰਜਾਬ 'ਚ ਹੀ ਰੋਟੀ ਲਿਖੀ ਹੋਈ ਆ ਪਰ ਜਦੋਂ ਮੈਂ ਇਧਰੋਂ ਲੰਘਣਾ ਟੱਪਣਾ ਹੁੰਦਾ ਤੇ ਮੈਨੂੰ ਜੇ ਭੁੱਖ ਲੱਗੇ ਰਾਹ ਜਾਂਦੇ ਨੂੰ ਤੇ ਮੈਂ ਬਾਈ ਨੂੰ ਫੋਨ ਕਰ ਦਿੰਦਾ ਵੀ ਆ ਗਿਆ ਰੋਟੀ ਬਣਵਾ ਲਿਆ ਤੇ ਬਾਈ ਦੇ ਘਰੇ ਮੈਨੂੰ ਉਹ ਰੋਟੀ ਮਿਲਦੀ ਆ ਜਿਹੜੀ ਅੱਜ ਤੋਂ 30 ਸਾਲ ਪਹਿਲਾਂ ਆਪਾਂ ਸਾਰੇ ਖਾਂਦੇ ਸੀ ਗੋਆਆਂ ਦੇ ਸੇਕ ਤੇ ਰੈਡੀ ਹੋਈ ਰੋਟੀ ਤੇ ਬਈ ਬਾਈ ਤਾਂ ਜਿਹੜੀਆਂ ਪਕੌੜੀਆਂ ਆ ਆਪਾਂ ਪਕੌੜੀਆਂ ਦੀ ਸਬਜ਼ੀ ਬਣਾਉਂਦੇ ਆ ਤਾਂ ਬਾਈ ਉਹ ਪਕੌੜੀਆਂ ਵੀ ਬਾਜ਼ਾਰੋਂ ਨਹੀਂ ਲੈ ਕੇ ਆਉਂਦਾ ਉਹ ਪਕੌੜੀਆਂ ਦਾ ਜਿਹੜਾ ਬੇਸਣ ਹੁੰਦਾ ਬੇਸਣ ਨੂੰ ਹਲਵਾਈ ਕੋਲੇ ਲੈ ਜਾਂਦਾ ਸਰੋਂ ਦਾ ਤੇਲ ਹਲਵਾਈ ਕੋਲੇ ਲੈ ਜਾਂਦਾ ਤੇ ਉਹ ਤੋਂ ਸੁਪਾਇਸ਼ਲੀ ਬਣਵਾ ਕੇ ਘਰ ਦੇ ਵਿੱਚ ਲਿਆਉਂਦਾ ਤੇ ਅੱਜ ਮੈਂ ਉਨਾਂ ਹੀ ਪਕੌੜੀਆਂ ਨਾਲ ਰੋਟੀ ਖਾਧੀ ਹੈ ਤੇ ਬਾਈ ਨੇ ਸੇਵੀਆਂ ਵੀ ਬਣਾਈਆਂ ਹੋਈਆਂ ਸੀ ਸੋ ਬਾਈ ਜੀ ਹੁਣ ਗੱਲ ਇਹ ਆ ਵੀ ਸਵਾ 9 ਕਨਾਲਾਂ ਨੂੰ ਤੁਸੀਂ ਇੰਨੇ ਵਧੀਆ ਤਰੀਕੇ ਨਾਲ ਬਿਅੰਤਿਆ ਹੋਇਆ ਹਾਂ ਜੀ ਦੇਖੋ ਬਈ 18 ਤਰ੍ਹਾਂ ਦੇ ਤਾਂ ਦੇਖੋ ਲਾਈਨ ਚ ਰੋਕ ਹੀ ਲੱਗੇ ਹੋਏ ਆ ਫਾਲਦਾਰ ਉਹ ਪਿੱਛੇ ਬਾਲਣ ਬਾਈ ਨਾਲ ਚੁੱਲ੍ਹਾ ਜਾਦੇ ਬਾਲਦਾ ਉਹ ਜਿਹੜੇ ਪਿੱਛੇ ਸਫਾਇਦੇ ਦਿਖ ਰਹੇ ਆ ਉਹ ਸਫਾਇਦੇ ਹੈਗੇ ਆ ਵੀ ਉਹ ਸਫਾਇਦੇ ਨਾਲ ਬਾਲਣ ਦਾ ਕੰਮ ਦਿੰਦੇ ਆ ਮੁੱਖ ਰੂਪ ਨਾਲ ਤੇ ਬਾਈ ਜੀ ਕੁਝ ਕਹਿਣਾ ਚਾਹੁੰਦੇ ਆ ਹਾਂ ਮੈਂ ਇਦਾਂ ਜੀ ਮਤਲਬ ਪਹਿਲਾਂ ਇੱਥੇ ਸਾਡੇ ਮਤਲਬ ਵੀ ਅੱਜ ਤੋਂ 10 12 ਸਾਲ ਪਹਿਲਾਂ ਨਰਮੇ ਬੀਜ ਦੇ ਹੁੰਦੇ ਸੀ ਤੇ ਉਦੋਂ ਛਟੀਆਂ ਹੁੰਦੀਆਂ ਸੀ ਚਲੋ ਚੋਲਾ ਬਾਲ ਲੈਂਦੇ ਸੀ ਪਰ ਬਾਅਦ ਚ ਝੋਨੇ ਲੱਗਣ ਲੱਗੇ ਪਾਣੀ ਦੇ ਪ੍ਰਬੰਧ ਹੋ ਗਏ ਤੇ ਉਹ ਮਤਲਬ ਬੋਲ ਨਰਮੇ ਬੀਜ ਨੂੰ ਹਟ ਗਏ ਪਰ ਬਾਲਣ ਦੀ ਲੋੜ ਤਾਂ ਉੱਥੇ ਹੀ ਖੜੀ ਸੀ ਕਿ ਮੈਂ ਸਫਾਇਦੇ ਲਾਏ ਨਾ ਹੱਥ ਦੇ ਨਾਲ ਸਫਾਇਦੇ ਫੋਟ ਛੱਡ ਕੇ ਨਾਲ ਵੱਟਦੇ ਲਾਈ ਸੀਗੇ ਤੇ ਉਤੋਂ ਛਾਂਗ ਮਤਲਬ ਉਹ ਸਫਾਇਦੇ ਦਾ ਗਵਾਂਡੀਆਂ ਨੂੰ ਤੰਗ ਕਰਦੇ ਨੇ ਇਹਨੂੰ ਤੰਗ ਕਰਦੇ ਆ ਇਹ ਮਦੜ ਹੀ ਨਹੀਂ ਦਿੰਦਾ ਤੇ ਹਰ ਸਾਲ ਸ਼ਾਂਗ ਲੈਂਦਾ ਤੇ ਵੱਢ ਲੈਂਦਾ ਤੇ ਉਹਨਾਂ ਦਾ ਵਾਲਣ ਬਣਾ ਲੇਤਾ ਤੇ ਬਾਈ ਨੇ ਆ ਤੁਸੀਂ ਦੇਖੋ ਵੀ ਆ 10 ਕੁਮਾਰਲੇ ਥਾਂ ਹੋਣਾ ਇਹ 10 ਨਹੀਂ ਹੋਣਾ 8 ਕੁਮਾਰਲੇ ਹੋਣਾ ਇਹਦੇ ਵਿੱਚ ਮੂੰਗੀ ਲਾ ਰੱਖੀ ਆ ਦੋਨੇ ਸਾਈਡਾਂ ਤੇ ਤੇ ਵਿਚਾਲੇ ਖੇਲ ਕੱਢ ਕੇ ਦੋਨੇ ਸਾਈਡਾਂ ਤੇ ਜਿਹੜੀ ਹੈਗੀ ਆ ਬਾਈ ਨੇ ਤੋਰੀਆਂ ਦੀਆਂ ਵੇਲਾਂ ਲਾਤੀਆਂ ਤਾਂ ਹੁਣ ਇੱਕ ਪਾਸੇ ਦੀ ਬੀੜ ਇੱਕ ਪਾਸੇ ਆਲੇ ਮੂੰਗੀ ਚ ਜਾਊਗੀ ਤੇ ਦੂਜੇ ਪਾਸੇ ਦੀ ਦੂਜੇ ਪਾਸੇ ਤਾਂ ਬਾਈ ਕਹਿੰਦਾ ਵੀ ਤੋਰੀਆਂ ਤੋਂ ਪਹਿਲਾਂ-ਪਹਿਲਾਂ ਜਾਂ ਤੋਰੀਆਂ ਦੇ ਨਾਲ ਵੀ ਹਾਂਜੀ ਘਰ ਜੋਗਰੀ ਮੂੰਗੀ ਫਲੀਆਂ ਤੋੜ ਕੇ ਹੋ ਜੂਗੀ ਹੋ ਜੂਗੀ ਸੋ ਬਾਈ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਆਹ ਜਿਹੜੀ ਬੇਰੀ ਦੇ ਥੱਲੇ ਆਪਾਂ ਖੜੇ ਆ ਹਾਂਜੀ ਇਹ ਇਹਦੇ ਨਾਲ ਰਿਲੇਟਡ ਜਿਹੜਾ ਤੁਹਾਡਾ ਬਹੁਤ ਹੀ ਘੈਂਟ ਤੁਸੀਂ ਐਕਸਪੀਰੀਅੰਸ ਮੇਰੇ ਨਾਲ ਸਾਂਝਾ ਕੀਤਾ ਮਹਲਾ ਸੰਵੇਦਨ ਚੀਜ਼ ਦੀ ਗੱਲ ਆ ਜਿਵੇਂ ਇਹ ਗੁਰਪ੍ਰੀਤ ਜੀ ਜ਼ਰੋਂ ਬੇ ਮਤਲਬ ਉਹ ਕੋਈ ਵੀ ਕਿਸਾਨ ਖੇਤ ਆਉਂਦਾ ਨਾ ਤੇ ਫਸਲ ਉਹਦੇ ਨਾਲ ਗੱਲਾਂ ਕਰਦੀ ਆ ਤੇ ਮੈਂ ਇਹ ਰੁਕਦੇ ਕਿ ਥੱਲੇ ਖੜਾ ਸੀ ਮੇਰੇ ਵੇਖਿਆ ਵੀ ਮੈਂ ਨਾ ਇਧਰੋਂ ਗਰਮੀ ਦੇ ਵਿੱਚ ਝੋਨਾ ਲਾਉਂਦੇ ਸੀਗੇ ਤੇ ਉਦੋਂ ਛਾਵੇਂ ਆ ਕੇ ਖੜਾ ਤੇ ਇਹਦੀਆਂ ਵਟਾਣੀਆਂ ਤਾਂ ਨੂੰ ਸੀਗੀਆਂ ਪੂਰੀਆਂ ਆਇਆਂ ਤਣੀਆਂ ਤਾਂ ਹਾਂ ਤਣੀਆਂ ਵੀਆਂ ਸੀਗੀਆਂ ਇਹ ਪੂਰੀਆਂ ਕਿਉਂਕਿ ਉਦੋਂ ਇਹਨੂੰ ਕੋਈ ਫਰੂਟ ਨਹੀਂ ਲੱਗਾ ਸੀਗਾ ਤੇ ਤਣੀਆਂ ਵੀਆਂ ਸੀਗੀਆਂ ਤੇ ਜਦੋਂ ਇਹਨੂੰ ਕੁਦਰਤ ਨੇ ਮਾਤ ਫਲ ਦਿੱਤਾ ਜਿਵੇਂ ਜਿਵੇਂ ਫਾਲੇ ਤਾਂ ਪੱਕਦਾ ਗਿਆ ਤੇ ਇਹ ਨਿਮਰਤਾ ਆਉਂਦੀ ਗਈ ਥੱਲੇ ਝੁਕਦੀ ਗਈ ਵੀ ਵੇਖ ਨੀਮੀ ਹੋ ਗਈ ਆ ਇਹ ਤੇ ਕੁਦਰਤ ਨੇ ਦਿੱਤਾ ਇਹਨੂੰ ਫਲ ਤੇ ਬੰਦਾ ਇਹਦੇ ਉਲਟ ਹੈਗਾ ਜੀ ਜਦੋਂ ਤਾਂ ਮੰਨ ਲਓ ਵੀ ਬੰਦੇ ਕੋਲੇ ਕੁਝ ਨਹੀਂ ਹੁੰਦਾਗਾ ਉਹਦਾ ਨਿਮਰਤਾ ਹੁੰਦੀ ਤੇ ਜਦੋਂ ਕੁਝ ਪਰਮਾਤਮਾ ਦੇ ਦਿੰਦਾ ਉਦੋਂ ਉੱਚਾ ਹੋ ਜਾਂਦਾ ਇਹਦਾ ਕੁਦਰਤ ਦਾ ਉਲਟਾ ਦੇਖੋ ਜੀ ਇਧਰੋਂ ਤਾਂ ਖਾਲੀ ਸੀ ਉਹ ਤਾਂ ਉੱਚੀ ਸੀਗੀ ਉਹ ਤਾਂ ਹੱਥ ਮੇਰਾ ਵੀ ਨਹੀਂ ਪਹੁੰਚਦਾ ਸੀਗਾ ਤੇ ਜਦੋਂ ਕੁਦਰਤ ਇਹਨੂੰ ਫਲ ਦਿੱਤਾ ਤੇ ਉਦੋਂ ਕਿੰਨੀ ਨਿਮਰਤਾ ਲਾਤੀ ਇਹਨੇ ਥੱਲੇ ਵੀ ਆ ਦੇਖੋ ਵੀ ਜਿਹੜਾ ਮਰਜੀ ਕੋਈ ਖਾ ਸਕਦਾ ਇਹਨੂੰ ਦੇਖੋ ਜੀ ਇਹ ਆ ਜੀ ਅਸਲੀ ਇਨਸਾਨੀਅਤ ਵਾਲੀ ਸੋਚ ਤੇ ਇਨਸਾਨੀਅਤ ਵਾਲੀ ਖੇਤੀ ਚੋਂ ਹੀ ਇਹ ਸੋਚ ਆ ਸਕਦੀ ਹੈ ਬੰਦਾ ਖੇਤ ਆਉਂਦਾ 베ਰੀ ਨੂੰ ਦੇਖਦਾ ਵੀ 베ਰੀ ਤਣੀ ਖੜੀ ਐ ਤੇ ਉਸ ਤੋਂ ਬਾਅਦ ਜਿਵੇਂ ਜਿਵੇਂ ਕੁਦਰਤ ਨੇ 베ਰੀ ਨੂੰ ਫਲ ਪਾਇਆ ਤੇ 베ਰੀ ਫਲ ਨਾਲ ਲੱਦ ਤੇ ਲੱਦਦੀ ਹੋਈ ਝੁੱਕਦੀ ਗਈ ਝੁੱਕਦੀ ਗਈ ਤੇ ਹੁਣੇ 베ਰੀ ਝੁੱਕ ਕੇ ਥੱਲੇ ਲੱਗੀ ਪਈ ਐ ਕੋਈ ਨਿੱਕਾ ਬੱਚਾ ਵੀ ਇਹਦੇ ਤੋਂ ਫਲ ਤੋੜ ਕੇ ਖਾ ਸਕਦਾ ਤਾਂ ਇਹਨਾਂ ਨੇ ਇਹਦੇ ਵਿੱਚੋਂ ਕਿੱਡਾ ਡੂੰਗਾ ਮਰਮ ਫੜਿਆ ਕਿ ਵੀ ਯਾਰ ਬੰਦਾ ਕੁਦਰਤ ਦੇ ਉਲਟ ਚੱਲਦਾ ਪਿਆ ਇਸ ਹਾਵ ਨਾਲ ਹਾਂਜੀ ਵੀ ਜਨੋਂ ਤਾਂ ਡਰਾਖਤ ਨੂੰ ਫਾਲ ਆਉਂਦਾ ਉਹ ਤਾਂ ਝੁੱਕ ਜਾਂਦਾ ਤੇ ਜਦੋਂ ਬੰਦੇ ਦੇ ਕੋਲੇ ਕੱਖ ਨਹੀਂ ਹੁੰਦਾ ਉਦੋਂ ਤਾਂ ਉਹ ਸਾਚੂ ਕਿਹਾ ਹੁੰਦਾ ਤੇ ਸਾਰਿਆਂ ਦੀਆਂ ਮਿਹਨਤਾਂ ਤਰਲੇ ਵੀ ਕਰਦਾ ਫਿਰਦਾ ਹੁੰਦਾ ਵੀ ਮੇਰਾ ਕੁਛ ਮਾਤਾ ਮਸਲਾ ਹੱਲ ਕਰੋ ਤੇ ਜਿਵੇਂ ਬੰਦੇ ਦੇ ਪੱਲੇ ਕੁਛ ਪੈ ਜਾਂਦਾ ਤੇ ਬੰਦਾ ਚੌੜਾ ਹੋ ਜਾਂਦਾ ਤੇ ਹੱਥ ਹੀ ਨਹੀਂ ਲੱਗਣ ਦਿੰਦਾ ਹਾਂ ਤਾਂ ਇਹ ਬਾਈ ਨੇ ਕੁਦਰਤ ਦਾ ਇਹ ਬੜਾ ਸੋਹਣਾ ਰਹੱਸ ਮੇਰੇ ਨਾਲ ਸਾਂਝਾ ਕੀਤਾ ਸੀਗਾ ਤੇ ਮੈਂ ਕਿਉਂਕਿ ਆਪਾਂ ਤੁਹਾਡੇ ਨਾਲ ਵੀ ਸਾਂਝਾ ਕਰਦੀ ਆ ਕਿਉਂਕਿ ਆਪਣਾ ਮਸਲਾ ਵਿਊ ਵਿਊ ਲੈਣੇ ਨਹੀਂ ਹੈਗੇ ਆਪਣਾ ਮਸਲਾ ਹੈਗਾ ਵੀਡੀਓ ਕੋਈ ਦੇਖ ਕੇ ਘੱਟ ਦੇਖ ਕੇ ਵੱਧ ਦੇਖ ਕੇ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਵੀ ਜਿਹੜੀ ਗੱਲ ਅਸੀਂ ਕਰ ਰਹੇ ਆ ਉਹ ਗੱਲ ਕਿਸੇ ਤੱਕ ਪਹੁੰਚਦੀ ਆ ਤੇ ਕੀ ਉਹ ਕਿਸੇ ਦੇ ਜੀਵਨ ਚ ਮਾੜਾ ਮੋਟਾ ਬਦਲਾਅ ਲਿਆ ਰਹੀ ਆ ਤੇ ਜੇ ਇਹ ਹੋ ਰਿਹਾ ਤਾਂ ਫਿਰ ਸਾਨੂੰ ਪੂਰੀ ਖੁਸ਼ੀ ਹੈ ਇਸ ਗੱਲ ਦੀ ਤੇ ਬਾਈ ਜੀ ਤੁਸੀਂ ਮਲਚੰਗਾਲੀ ਕਣਕ ਵੇਚੀ ਹੋਈ ਹਾਂ ਜੀ ਹਨਾ ਤੇ ਤੁਸੀਂ ਪੱਠੇ ਵੀ ਮਲਚੰਗਾਲੇ ਬੀਜੇ ਆ ਆਪਾਂ ਇਹਨਾਂ ਦੀ ਵੀ ਗੱਲ ਕਰਨੀ ਆ ਉਹ ਸਰੂ ਦੇ ਜਿਹੜੇ ਦੋ ਬੂਟੇ ਖੜੇ ਆ ਉਹਨਾਂ ਦੀ ਵੀ ਗੱਲ ਕਰਨੀ ਪਰ ਉਦੋਂ ਪਹਿਲਾਂ ਠੀਕ ਹੈ ਜੀ ਇੱਕ ਉਹ ਜਿਹੜੀ ਸੂਰਾਾਂ ਵਾਲੀ ਗੱਲ ਆ ਉਹ ਜ਼ਰੂਰ ਕਰੋ ਤੁਸੀਂ ਸਬਜ਼ੀ ਲਾਉਣੇ ਆ ਹਾਂਜੀ ਹਾਂਜੀ ਉਹ ਇਦਾਂ ਜੀ ਗੁਰਪ੍ਰੀਤ ਜੀ ਮੇਰਾ ਨਾ ਇੱਥੇ ਰਾਜੇ ਦਾ ਬੀੜ ਆ ਜੀ ਫਰੀਦਕੋਟ ਦਾ ਰਾਜਾ ਹੋਇਆ ਜੀ ਤੇ ਉਹਦਾ ਬੀੜ ਇੱਥੇ ਪਿਆ ਸਾਡੇ ਇਥੋਂ ਮਤਲਬ ਵੀ 5-6 ਕਿਲੋਮੀਟਰ ਦੂਰ ਹੈਗਾ ਤੇ ਉਹ ਚ ਜੂਰ ਸੂਰ ਰਹਿੰਦੇ ਨੇ ਜੰਗਲੀ ਸੂਰ ਰਹਿੰਦੇ ਨੇ ਮਤਲਬ ਹੋਣਗੇ 15-20 ਅੰਦਾਜ਼ਾ ਜਿਹਾ ਇੰਨਾ ਕ ਤੇ ਉਹ ਕਦੇ ਕਦਾਂ ਇੱਧਰ ਸਾਡੇ ਖੇਤਾਂ ਚ ਵੀ ਆਉਂਦੇ ਆਗੇ ਜੀ ਕਿਤੇ 5-7 ਦਿਨ ਬਾਅਦ ਗੇੜਾ ਮਾਰਦੇ ਆਗੇ ਮੇਰੇ ਲਾਈਵਰ ਸੀ ਗੰਨੇ ਤੇ ਗੰਨੇ ਚ ਵਿੱਚ ਆ ਕੇ ਖਾ ਖੂ ਜਾਂਦੇ ਸੀਗੇ ਤੇ ਇੱਥੇ ਨਾਲ ਇੱਕ ਗਵਾਂਡੀ ਨੇ ਹੋਰ ਨੇ ਵੀ ਲਾਈ ਸੀ ਤੇ ਉਹਨੇ ਵੇਖਿਆ ਵੀ ਸੂਰ ਆਂਦੇ ਉਹਨੇ ਤਾਂ ਆਪਣੀ ਕਰੰਟਾ ਝਟਕਾ ਹਾਂ ਝਟਕਾ ਹਾਂ ਝਟਕਾ ਵੈਰ ਲਾਤੀ ਪਰ ਮੈਂ ਉਦੋਂ ਨਾ ਮੇਰਾ ਝੋਨਾ ਪੱਕਿਆ ਸੀਗਾ ਜੀ ਤੇ ਗੰਨੇ ਹਜੇ ਕੱਚੇ ਸੀਗੇ ਤੇ ਮੈਂ ਵੇਖਿਆ ਵੀ ਉਦੋਂ ਨਾ ਸੂਰ ਉਥੋਂ ਦੀ ਨੰਗੇ ਤੇ ਉਹਨਾਂ ਨੇ ਇਹਨਾਂ ਸਿਪਾਈਆਂ ਦੇ ਮੁੱਢਾਂ ਤੇ ਦੰਦੀਆਂ ਵੱਡੀਆਂ ਵੀ ਉਹਨਾਂ ਨੂੰ ਕੁਝ ਖਾਣ ਨੂੰ ਮਿਲਿਆ ਨਹੀਂਗਾ ਤੇ ਉਹ ਵੇਖਿਆ ਤੇ ਮੈਂ ਕਿਹਾ ਵੀ ਮੈਨੂੰ ਬੜਾ ਮਸੂਖ ਜਿਹਾ ਹੋਇਆ ਮੈਂ ਕਿਹਾ ਵੀ ਵੇਖੋ ਵੀ ਅਕਸਰ ਰੱਬ ਦੇ ਜੀ ਆ ਵੀ ਭੁੱਖੇ ਤੇ ਮੈਂ ਉਸ ਮਕਸਦ ਨੂੰ ਰੱਖ ਕੇ ਗੰਨੇ ਦੀ ਮੈਂ ਇੱਕ ਦਿਨ ਰੱਖ ਹੀ ਨਹੀਂ ਆਇਆਗਾ ਮੇਰਾ ਰੱਜ ਕੇ ਉਹਨਾਂ ਨੇ ਚੂਪਿਆ ਰੱਜ ਕੇ ਖਰਾਬ ਕੀਤਾ ਆਂਡਿੰਗ ਵਾਂਡ ਵੀ ਮੈਨੂੰ ਕਹਿਣ ਲੱਗੇ ਵੀ ਯਾਰਾਇਂਦਕੀ ਦਾ ਤੈਨੂੰ ਬਹੁਤ ਘਾਟਾ ਪਿਆ ਪਰ ਮੈਂ ਮੈਂ ਆਪਦੇ ਮਨ ਨੂੰ ਸੋਚਿਆ ਮੈਂ ਕਿ ਵੇਖੋ ਮੈਂ ਜੇ ਮਨ ਨਾਲ ਗੰਨਾ ਨਹੀਂ ਲਾਉਂਦਾ ਤੇ ਕਣਕ ਝੋਨਾ ਲਾਉਣਾ ਸੀ ਇੱਥੇ ਤੇ ਕਣਕ ਝੋਨੇ ਦਾ ਮੈਂ ਹਿਸਾਬ ਲਾਇਆ ਵੀ ਕਿੰਨੇ ਪੈਸੇ ਵਟੇ ਜਾਣੇ ਸੀਗੇ ਤੇ ਉਦੋਂ ਜ਼ਿਆਦੇ ਦੁੱਗਣੇ ਪੈਸੇ ਮੈਂ ਫੇਰ ਵੀ ਵਾਟਲੇ ਪੈਸੇ ਨਾਲੇ ਆਪ ਰੱਜ ਕੇ ਚੂਪਿਆ ਨਾਲੇ ਚਲੋ ਕੁਦਰਤੇ ਦੇ ਉਹ ਅਕਸਰ ਰੱਬ ਦੇ ਜੀ ਆ ਹੋ ਸਕਦਾ ਉਹਨਾਂ ਦੇ ਕਰਮਾਂ ਦਾ ਹੀ ਇਕੋ ਹੀ ਛੋਟੀ ਗੱਲ ਨਹੀਂ ਸੂਰਾਣੂ ਜਦੋਂ ਖੇਤ ਚ ਕੁਝ ਖਾਣ ਨੂੰ ਨਹੀਂ ਮਿਲਿਆ ਤੇ ਇਹਨਾਂ ਨੇ ਦੇਖਿਆ ਕਿ ਸਫੈਦਿਆਂ ਦੇ ਦੰਦੀਆਂ ਵੱਡੀਆਂ ਹੋਈਆਂ ਸੱਤ ਖਾ ਰਹੇ ਆ ਉਹ ਤੇ ਇਹਨਾਂ ਨੂੰ ਫਿਰ ਲੱਗਿਆ ਯਾਰ ਇਹ ਵੀ ਰੱਬ ਦੇ ਜੀਅ ਆ ਤੇ ਭੁੱਖੇ ਮਰਦੇ ਫਿਰਦੇ ਆ ਫਿਰ ਇਹਨਾਂ ਨੇ ਗੰਨਾ ਉਹਨਾਂ ਵਾਸਤੇ ਹੀ ਛੱਡਤਾ ਤੇ ਇਹੀ ਤਾਂ ਹੈਗਾ ਸਿੱਖ ਫਲਸਫਾ ਇਹੀ ਤਾਂ ਹੈਗੀ ਆ ਬਾਬੇ ਨਾਨਕ ਦੀ ਖੇਤੀ ਤੇ ਜਿਹੜਾ ਕੋ ਤੁਸੀਂ ਕਰੀ ਰਹੇ ਆ ਉਹਦੇ ਖੇਤਾਂ 'ਚ ਉਹਨੂੰ ਦੇਖ ਕੇ ਕੋਈ ਕਹਿ ਸਕਦਾ ਵੀ ਤੁਸੀਂ ਗੁਰੂ ਨਾਨਕ ਦੇ ਪੈਰੋਕਾਰ ਆ ਜਾਂ ਤੁਸੀਂ ਗੁਰੂ ਨਾਨਕ ਦੀ ਸਿੱਖਿਆ ਤੇ ਭੁੱਲ ਭਲੇਖੇ ਵੀ ਅਮਲ ਕਰਨ ਵਾਲੇ ਲੋਕ ਹੋ ਤੁਹਾਡੇ ਕੋਲੇ ਕਿੱਲਿਆਂ ਦੇ ਕਿੱਲੇ ਹੋ ਸਕਦੇ ਆ ਪਰ ਤੁਹਾਡੇ ਕੋਲੇ ਆਹ ਬੰਦੇ ਵਾਲਾ ਇੱਕ ਵੀ ਗੁਣ ਨਹੀਂ ਹੈਗਾ ਪੈਦਾ ਕਰੋ ਗੁਣ ਇਨਸਾਨੀਅਤ ਵਾਲੇ ਤੇ ਬਾਈ ਦੀ ਗੰਨਾ ਸੂਰਾ ਨੇ ਖਾਦਾ ਵੀ ਖਰਾਬ ਵੀ ਕੀਤਾ ਤੇ باوجود ਇਹਦੇ ਜਿੰਨਾ ਇਥੋਂ ਕਣਕ ਝੋਨਾ ਝੜਨਾ ਸੀ ਉਦੋਂ ਦੁੱਗਣੇ ਪੈਸੇ ਗੰਨਾ ਫੇਰ ਦੇ ਗਿਆ ਕਿਉਂਕਿ ਬਾਈ ਨੇ ਜਿੰਨਾ ਕ ਗੰਨਾ ਲਾਇਆ ਸੀ ਅੱਠ ਮਰਲੇ ਤੇ ਉਹਦੇ ਵਿੱਚੋਂ ਜਿਹੜਾ ਗੰਨਾ ਇਹਨਾਂ ਦੇ ਪੱਲੇ ਪਿਆ ਬਾਈ ਨੇ ਇਥੋਂ ਰੋੜ ਲੱਗਦੀਆਂ ਵੱਡੀ ਇਹਨਾਂ ਦੇ ਪਿੰਡ ਨੂੰ ਤੇ ਉੱਥੇ ਖੜ ਕੇ ਉਹ ਵੇਚਦਾ ਪੁੱਲ ਥੱਲੇ ਤੇ ਉਹ 7-8000 ਰੁਪਏ ਦੇ ਉਤੋਂ ਕਣਕ ਝੋਨਾ ਹੋਣਾ ਸੀ ਉਨੇ ਟਰਾਂਚੋ ਤੇ ਉਹਦੋਂ ਜ਼ਿਆਦੇ ਪੈਸੇ ਇਹ ਦੁੱਗਣੇ ਪੈਸੇ ਉਹ ਗੰਨਾ ਇਹਨਾਂ ਨੂੰ ਬਿਟਾ ਗਿਆ ਤਾਂ ਇਹ ਗੱਲ ਇਨਸਾਨੀਅਤ ਦੀ ਆ ਇਹ ਗੱਲ ਇਹਨਾਂ ਦੇ ਭਾਵੇਂ ਅਮਰਤ ਨਹੀਂ ਸ਼ਕਿਆ ਇਹਨਾਂ ਨੇ ਗਾਤਰਾ ਨਹੀਂ ਪਾਇਆ ਭਾਵੇਂ ਸਾਫਤ ਸੂਰਤ ਵੀ ਹਲਦੀ ਘੜੀ ਭਾਵੇਂ ਨਹੀਂ ਹੈਗੇ ਪਰ ਜੋ ਇਹ ਕਰਦੇ ਪਏ ਆ ਉਹ ਤਾਂ ਉਹੀ ਆ ਜੋ ਗੁਰੂ ਸਾਹਿਬ ਕਹਿ ਕੇ ਗਏ ਆ ਸਾਨੂੰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੋ ਜੀ ਆਵੇ ਸੋ ਰਾਜੀ ਜਾਵੇ ਤੇ ਇਸੇ ਥਾਟ ਦੇ ਨਾਲ ਇਸੇ ਵਿਚਾਰ ਦੇ ਨਾਲ ਸਾਡੇ ਪੁਰਖੇ ਖੇਤੀ ਕਰਦੇ ਹੁੰਦੇ ਸੀ ਗਊ ਗਰੀਬ ਦੇ ਭਾਗੀ ਚਿੜੀ ਜਨੌਰ ਦੇ ਭਾਗੀ ਰਾਈਆਂ ਪਾਂਦੀਆਂ ਦੇ ਭਾਗੀ ਹਾਂ ਲੀਆਂ ਪਾਲੀਆਂ ਤੇ ਭਾਗੀ ਸਭ ਦੇ ਕਰਮਾਂ ਨੂੰ ਦੇਹੀ ਮਾਲਕਾ ਤੇ ਅਸੀਂ ਹਰੀ ਕ੍ਰਾਂਤੀ ਵਾਲੇ ਚੱਕਰ ਦੇ ਵਿੱਚ ਪੈ ਕੇ ਤੇ ਆਪਣੀਆਂ ਜੜਾਂ ਵਾੜ ਲੀਆਂ ਗੁਰੂ ਫਾਲਸਪੇਣ ਨਾਲੋਂ ਆਪਣੇ ਆਪ ਨੂੰ ਜਿਹੜਾ ਹੈਗਾ ਤੋੜ ਲਿਆ ਵਿਦਾਵਾ ਲਿਖਤਾ ਗੁਰੂ ਫਾਲਸਪੇਣ ਨੂੰ ਗੁਰੂ ਫਾਲਸਪਾ ਸਾਡੀ ਖੇਤੀ ਰਾਹੀਂ ਸਾਡੇ ਚ ਜਿਉਂਦਾ ਤੇ ਬਾਈ ਉਸ ਫਾਲਸਪੇ ਨੂੰ ਆਪਣੀ ਖੇਤੀ ਦੇ ਰਾਹੀਂ ਜਿਉਂਦਾ ਪਿਆ ਬਾਈ ਜੀ ਦਾ ਇੱਕ ਕੀੜਿਆਂ ਦੇ ਭੌਣ ਦੇ ਨਾਲ ਸੰਬੰਧ ਵੀ ਇੱਕ ਤਿਆਰ ਬਾਈ ਜੀ ਭਈ ਇਹ ਤਾਂ ਮੇਰੇ ਆਉਂਦੇ ਹਾਂਜੀ ਮੇਰੇ ਖੇਤ ਦੇ ਨਾਲ ਨਾਲ ਨਾ ਟੱਬਾ ਹੈਗਾ ਜੀ ਆ ਕੁਛ ਤਾਂ ਮੇਰਾ ਇੱਕ ਨਾਲ ਗਵਾਂਡਿਆਂ ਦੇ ਟੱਬਾ ਇਹ ਤੇ ਕੀੜੇ ਆ ਜਾਂਦੇ ਭੌਣ ਰਹਿੰਦੇ ਜੀ ਜਦੋਂ ਕਣਕ ਬੀਜੀਦੀ ਆ ਉਦੋਂ ਕਿਤੇ ਦਾਣੇ ਇਧਰੋਂ ਲੈ ਜਾਂਦੇ ਇਹ ਤਾਂ ਨੂੰ ਆਪਦੇ ਗੁੱਡਾਂ ਵੱਲੋਂ ਤੇ ਉਹ ਦਾਣੇ ਕਿਤੇ ਕੁਦਰਤੀ ਮਿੱਟੀ-ਮੁੱਟੀ ਦੇ ਵਿੱਚ ਆ ਰਹਿ ਰੂ ਹੁੰਦੇ ਆ ਹਾਂਜੀ ਰੋਲ ਜਾਂਦੇ ਰੋਲ ਜਾਂਦੇ ਆ ਵਿੱਚ ਮਿੱਟੀ ਦੇ ਵਿੱਚ ਉਹ ਤਾਂ ਦਾ ਵੀ ਕਦਾਕਾ ਤੇ ਉਹ ਕੁਦਰਤੀ ਕਿਤੇ ਜਾਂਦਾ ਪਾਣੀ ਲੱਗਾ ਸਲਾਬ ਚੜ ਗਈ ਜਾਂ ਕਿਤੇ ਮੀਂਹ ਪਿਆ ਉਹਦੀ ਸਲਾਬ ਮਿਲ ਗਈ ਤੇ ਉਹ ਦਾਣੇ ਉਗ ਰਹੇ ਜਾਂਦੇ ਆ ਗਿਆ ਤੇ ਦਰੋਗਰਿਆਂ ਦੇ ਤੇ ਦੇ ਦੋ ਮੈਂ ਕਣਕ ਵੱਢਣੀ ਹੁੰਦੀ ਤੇ ਪਹਿਲਾਂ 1-2 ਦਿਨ ਪਹਿਲਾਂ ਮੈਂ ਐਸੇ ਆਸੇ ਪਾਸੇ ਢੇੜਾ ਮਾਰਦਾ ਹੈਗਾ ਜੀ ਤੇ ਜਿਹੜੇ ਉਹ ਬੂਟੇ ਉੱਚੇ ਥਾਂ ਤੇ ਉੱਗੇ ਹੁੰਦੇ ਤੇ ਮੈਨੂੰ ਪਤਾ ਵੀ ਇਹ ਕੀੜਿਆਂ ਦੇ ਆ ਇਹ ਤੇ ਮੈਂ ਉਹ ਦਾਣੇ ਨਾਲ ਉਹ ਤੋਂ ਛਿੱਟੇ ਵੱਢ ਕੱਟ ਕੇ ਤੇ ਹੱਥ ਨਾਲ ਭੋਰ ਕੇ ਤੇ ਉਹ ਮੈਂ ਪੌਣ ਤੇ ਪਾ ਦਿੰਦਾ ਵੀ ਉਹਨਾਂ ਦਾ ਇਹ ਕੀੜਿਆਂ ਦੀ ਖੇਤੀ ਹੈ ਤੇ ਕੀੜਿਆਂ ਨੂੰ ਅਰਪਣ ਕੀਤੀ ਜਾਵੇ ਹਾਂਜੀ ਇਹ ਵੈਸੇ ਤਾਂ ਨਿੱਕੀਆਂ ਨਿੱਕੀਆਂ ਗੱਲਾਂ ਪਰ ਇਹਨਾਂ ਦੇ ਮਰਮ ਢੂੰਗੇ ਆ ਕੀ ਇੰਨੀ ਭਾਵਨਾ ਦੇ ਨਾਲ ਖੇਤੀ ਨਹੀਂ ਕਰਨੀ ਚਾਹੀਦੀ ਸਾਨੂੰ ਵੀ ਬੰਦਾ ਨੋਟਿਸ ਕਰਦਾ ਵੀ ਜਦੋਂ ਕੀੜੇ ਖੇਤ ਚੋਂ ਦਾਣੇ ਚੁੱਕ ਕੇ ਲੈ ਕੇ ਜਾਂਦੇ ਆ ਤਾਂ ਕੁਝ ਦਾਣੇ ਕਿਤੇ ਉੱਚੇ ਥਾਵਾਂ ਤੇ ਰਹਿ ਗਏ ਰੁਲ ਗਏ ਉਹਨਾਂ ਦੇ ਉਹ ਆਪਣੀ ਖਾੜ ਵਿੱਚ ਨਹੀਂ ਲਿਜਾ ਸਕੇ ਤੇ ਜਦੋਂ ਕੁਦਰਤ ਵੱਲੋਂ ਕੋਈ ਨਮੀ ਮਿਲੀ ਉਹ ਦਾਣੇ ਜੰਮੇ ਤੇ ਉਹ ਉਹਨਾਂ ਨੇ ਬੂਜਾਂ ਦਾ ਰੂਪ ਧਾਰਨ ਕੀਤਾ ਤੇ ਜਦੋਂ ਕੁਦਰਤ ਦੀ ਮਰਜ਼ੀ ਨਾਲ ਹੀ ਉਹ ਫਲ ਤੱਕ ਪਹੁੰਚਦੇ ਆ ਮੀਂਹ ਪੈ ਗਿਆ ਤਾਂ ਬੰਦੇ ਦਾ ਤਾਂ ਕੋਈ ਤਰਦਾਦ ਨਹੀਂ ਕੋਈ ਲੈਣ ਦੇ ਨਹੀਂ ਇਹਦੇ ਵਿੱਚ ਵਿੱਚ ਤੇ ਫਿਰ ਵੀ ਫਿਰ ਜਦੋਂ ਉਹ ਦਾਣੇ ਉਹ ਬੂਟੇ ਅਕਦੇ ਆ ਉਹਨਾਂ ਤੇ ਫਾਲ ਆਉਂਦਾ ਤੇ ਉਹ ਕਣਕ ਵੱਢਣ ਤੋਂ ਪਹਿਲਾਂ ਬਾਈ ਚਾਰੇ ਪਾਸੇ ਢੀੜਾ ਦਿੰਦਾ ਇਹਨੂੰ ਪਤਾ ਹੁੰਦਾ ਵੀ ਆ ਕੀੜਿਆਂ ਵਾਲੀ ਖੇਤੀ ਐ ਹਾਂਜੀ ਤਾਂ ਕੀੜਿਆਂ ਦੀ ਖੇਤੀ ਬਾਈ ਕੀੜਿਆਂ ਨੂੰ ਹੀ ਸੌਂ ਪਾਉਂਦਾ ਤੇ ਇੱਥੋਂ ਤੱਕ ਆਪਾਂ ਕਦੇ ਸੋਚਿਆ ਆਪਣੇ ਅੰਦਰ ਹੈਗਾ ਅੰਦਰਲਾ ਕਹਿੰਦੇ ਹੁੰਦੇ ਆ ਵੀ ਫਲਾਣੇ ਦਾ ਤਾਂ ਮੱਛ ਮਰ ਗਿਆ ਉਹਦੇ ਤਾਂ ਅੰਦਰਲਾ ਮਰ ਗਿਆ ਤੇ ਮੈਨੂੰ ਲੱਗਦਾ ਇਸ ਬਾਈ ਦੀਆਂ ਗੱਲਾਂ ਸੁਣ ਕੇ ਵੀ ਇਹ ਤੋਂ ਬਿਨਾ ਸਾਰੇ ਪੰਜਾਬ ਦਾ ਹੀ ਮੱਛ ਮਰਿਆ ਹੋਇਆ ਆਵਦੇ ਅੰਦਰ ਲਾ ਦਿਓ ਬਾਕਰ ਸੋ ਹੁਣ ਆਪਾਂ ਬਾਈ ਨਾਲ ਗੱਲ ਕਰਾਂਗੇ ਬਾਈ ਜੀ ਮਲਚੰਗ ਵਾਲੀ ਕਣਕ ਬੀਜੀ ਤੇ ਕੁਲਤਾਰ ਸਿੰਘ ਸੰਧਵਾ ਹਾਂਜੀ ਸਪੀਕਰ ਸਾਹਿਬ ਵੀ ਆ ਕੇ ਗਏ ਆ ਕੀਤਾ ਹਾਂਜੀ ਹਾਂਜੀ ਤੇ ਹੁਣ ਉਹਨਾਂ ਨੂੰ ਮੈਂ ਅੱਜ ਗੁਜਾਰਸ਼ ਕੀਤੀ ਆ ਆਪਣੀ ਗੱਲ ਹੋਈ ਸੀ ਫੋਨ ਤੇ ਵੀ ਭਾਈ ਉਹ ਕਣਕ ਹਾਂਜੀ ਵੀ ਖੜੀ ਆ ਵੀ ਆਓ ਦਰਸ਼ਨ ਦਿਓ ਫੇਰ ਹਾਂਜੀ ਤੇ ਕਿਵੇਂ ਰਿਹਾ ਤੁਹਾਡਾ ਤਿਆਰਵਾ ਕਿੰਨੇ ਵਰੇ ਹੋ ਗਏ ਤੁਹਾਨੂੰ ਮਾਣ ਤੀਜਾ ਸਾਲਾ ਗੁਰਪੀ ਤੀਜਾ ਸਾਲ ਹਾਂਜੀ ਤੀਜਾ ਹਾਲ ਤੇ ਬਹੁਤ ਹੀ ਵਧੀਆ ਸਫਲਪੂਰਕ ਮਤਲਬ ਖੇਤੀ ਹੋ ਰਹੀ ਹੈ ਇਸ ਦੇ ਨਾਲ ਨਾਲੇ ਤਾਂ ਮੇਰੇ ਮੈਂ ਅੱਗੇ ਰੂੜੀ ਮੁੱਲ ਲੈ ਕੇ ਪਾਉਂਦਾ ਸੀਗਾ ਉਹਦੀ ਖਾਦ ਬਣ ਜਾਂਦੀ ਹੈ ਹੁਣ ਜੀ ਮੈਨੂੰ ਉਹ ਪੈਸਾ ਵਜਦਾ ਹਾਂਜੀ ਪਰਾਲੀ ਦੀ ਖਾਦ ਬਣ ਜਾਂਦੀ ਹੈ ਪਰਾਲੀ ਦਾ ਮਸਲਾ ਹੱਲ ਹੋ ਗਿਆ ਨਾਲੇ ਬੀਜਨ ਮੌਕੇ ਮੇਰਾ 2-3000 ਰੁਪਏ ਉਦੋਂ ਵਜਦਾ ਹੀ ਕਿਉਂਕਿ ਮੇਰੇ ਕੋਲ ਆਪ ਦਾ ਸਾਧਨ ਨਹੀਂ ਕਰਾਈ ਤੇ ਕਰਾਈ ਦਾ ਕਰਾਈ ਤੇ ਦਬਲ ਹੀ ਪੈਂਦਾ ਹੈਗਾ ਤੇ ਇਹਦਾ ਬਹੁਤ ਸੋਹਣੀ ਕਣਕ ਤੇ ਦੂਜੇ ਨਾਲ ਦੋ ਮਣ ਵੱਧ ਹੀ ਹੁੰਦੀ ਨਾਲੇ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ ਜੀ ਪਾਣੀ ਵੀ ਇੱਕ ਅੱਧਾ ਘੱਟ ਲਾਉਣਾ ਪੈਂਦਾ ਜੀ ਭਾਈ ਆ ਜਿਹੜੀ ਤੁਸੀਂ ਦੇਖ ਰਹੇ ਹੋ ਇਹਨਾਂ ਦੀ ਨਾ ਮਲਚਿੰਗ ਵਾਲੀ ਕਣਕ ਆ ਤੇ ਇਸ ਕਣਕ ਦੀ ਖਾਸੀਅਤ ਇਹ ਆ ਕਿ ਗਵਾਂਢੀ ਦੀ ਜਿਹੜੀ ਕਣਕ ਆ ਜਿਹਦੇ ਉੱਤੇ ਬਾਈ ਦਾਸ ਦਾ ਵੀ ਅਣਗਿਣਤ ਸਪਨੇ ਆ ਕਰ ਚੁੱਕਿਆ ਬਾਈ ਹਾਂਜੀ ਹਾਂਜੀ ਤੇ ਅੱਗ ਲਾ ਕੇ ਬੀਜੀ ਗਈ ਤੇ ਅੱਗ ਲਾ ਕੇ ਬੀਜੀ ਗਈ ਆ ਉਹ ਕਣਕ ਬਾਈ ਦੀ ਕਣਕ ਦੇ ਮੁਕਾਬਲੇ ਮਤਲਬ ਜੇ ਇਹ ਜੇ 100 ਹਿੱਸੇ ਆ ਕਾਊਤ ਸੀ ਪੈਸੇ ਆ ਹਾਂਜੀ ਠੀਕ ਹੈ ਮਤਲਬ ਉਹ ਕਣਕ ਮਾੜੀ ਆ ਤੇ ਉਹ ਗਵਾਂਢੀ ਮੰਨਦਾ ਵੀ ਐਸ ਗੱਲ ਹਾਂਜੀ ਇਸ ਗੱਲ ਨੂੰ ਮੇਰੇ ਕੋਲੇ ਆਪ ਖੁਦ ਮੰਨਿਆ ਜੀ ਠੀਕ ਤੇ ਬਾਈ ਹੁਣ ਇਹ ਆ ਵੀ ਜਿਹੜੀ ਤੁਸੀਂ ਕਣਕ ਆ ਇਹ ਤੁਹਾਡੀ ਘੱਟ ਖਰਚੇ ਵਾਲੀ ਖੇਤੀ ਹੁੰਦੀ ਆ ਹਾਂਜੀ ਤਾਂ ਤੁਸੀਂ ਇਹਦੇ ਵਿੱਚ ਜਦੋਂ ਬੀਜੀ ਆ ਤੇ ਵੀ ਕਿੰਨਾ ਪਾਇਆ B 40 किलो प्रति किल्ले ਦੇ حساب ਨਾਲ ਪਾਇਆ ਤੇ DAP ਕਿੰਨੀ ਪਾਈ ਸੀ DAP ਜਦੋਂ ਬੀਜਣ ਲੱਗੇ ਤਾਂ ਮੈਂ ਗੁਰਪ੍ਰੀਤ ਜੀ ਪਾਈ ਨਹੀਂ ਜਮਾਈ ਮੈਂ ਕਿਹਾ ਵੀ 2 ਸਾਲ ਪਹਿਲਾਂ ਮੈਂ ਬੀਜਦਾ ਮੈਨੂੰ ਪਤਾ ਤਿਆਰੀ ਹੋ ਗਏ ਸੀ ਕਿ ਮੈਂ ਕਿਹਾ ਇੰਦ ਕੀ ਵੀ ਐਦਾਂ ਹੀ ਵੇਖ ਕੇ ਬੀਜ ਗਏ ਤੇ ਪਰ ਜਦੋਂ ਮੈਂ ਮਤਲਬ ਵੀ 20 25 ਦਿਨਾਂ ਦੀ ਹੋ ਗਈ ਸੀ ਤੇ ਮੈਨੂੰ ਲੱਗਿਆ ਵੀ ਰੰਗ ਨਾ ਤੋਤੇ ਰੰਗਾ ਜਾ ਮਤਲਬ ਵੀ ਪੂਰਾ ਹਰਿਆਲੀ ਚ ਨਹੀਂ ਤੇ ਫਿਰ ਮੈਂ ਪਹਿਲਾਂ ਪਾਣੀ ਦੇ ਰੋ 37 ਦਿਨਾਂ ਤੇ ਲਾਇਆ ਤੇ ਉਦੋਂ ਮੈਂ ਅੱਧਾ ਘਟਾ DAP ਦਾ ਪਾਤਾ ਸੀਗਾ ਜੀ ਓਕੇ ਤਾਂ ਮਤਲਬ ਇਹ ਇੱਕ ਕਿੱਲੇ ਦੇ ਵਿੱਚ ਅੱਧਾ ਘਟਾ ਅੱਧਾ ਘਟਾ ਜੀ ਤਾਂ ਹੁਣ ਮੈਨੂੰ ਇਹ ਦੱਸੋ ਵੀ ਅ ਕਿੰਨਾ ਲਾਤਾ ਇਹਨੂੰ ਹੁਣ ਤਾਂ ਜੂਰੀਆ ਡੇਢ ਗੱਟਾ ਜੀ ਡੇਢ ਗੱਟਾ ਮਤਲਬ ਦੂਜਿਆਂ ਨਾਲੋਂ ਅੱਧੀ ਆ ਤੁਹਾਡੀ ਉਹ ਹਾਂਜੀ ਠੀਕ ਆ ਤੇ ਬਾਈ ਤੁਸੀਂ ਪੱਠੇ ਵੀ ਮਲਚੰਗਾ ਵਾਲੇ ਬੀਜੇ ਹੋਏ ਆ ਹਾਂਜੀ ਇਹ ਜਮੇ ਆ ਹਾਂਜੀ ਤਾਂ ਇਹਦਾ ਵੀ ਤੁਹਾਡਾ ਮੈਨੂੰ ਲੱਗਦਾ ਦੂਜਾ ਤੀਜਾ ਸਾਲ ਹਾਂਜੀ ਤੀਜਾ ਸਾਲ ਆ ਬਈ ਦੀ ਇੱਕ ਸਾਲ ਮੈਂ ਬੀਜੇ ਨਹੀਂ ਸੀਗੇ ਪਹਿਲੇ ਸਾਲ ਬੀਜੇ ਤੇ ਪੀਜੇ ਸਾਲ ਨਹੀਂ ਬੀਜ ਤੈਂ ਕਿ ਫੇਰ ਬੀਜੇ ਜੀ ਠੀਕ ਆ ਹਾਂਜੀ ਹਾਂਜੀ ਇਹਦਾ ਫਿਰ ਕੀ ਵਾਧਾ ਲੱਗਿਆ ਤੁਹਾਨੂੰ ਇਹ ਤਾਂ ਵੀ ਇਹ ਉਪਰ ਵਾਲੀ ਵਾਲਾ ਮੁੱਦਾ ਇੱਕ ਤਾਂ ਬੀਜਣ ਲੱਗੇ ਮੈਂਟੋ ਮੈਂਟੀ ਬੀਜੇ ਜਾਂਦੇ ਜੀ ਮਤਲਬ ਵੀ ਉਹੀ ਰੀਪਰ ਨਾਲ ਲਿਆਂਦਾ ਟਰੈਕਟਰ ਤੇ ਉਸੇ ਰੀਪਰ ਨਾਲ ਬੀਜੇਗੇ ਛਟਾ ਦੇ ਕੇ ਬੀਜ ਤੇ ਤੇ ਬਾਕੀ ਉਹ ਖਾਦ ਬਣ ਜਾਂਦੀ ਹੈਗੀ ਤੇ ਜਦੋਂ ਇਹਨੂੰ ਮਤਲਬ ਪਾਣੀ ਲਾਉਨੇ ਆ ਤੇ ਪਰਾਲੀ ਆਪਦਾ ਪਾਹ ਜਾਂ ਛੱਡਦੀ ਹੈ ਤੇ ਉਹ ਇੱਕ ਸਾਉ ਦਾ ਰੇਹ ਦਾ ਇਹ ਵਾਲਾ ਹਾਂ ਖਰਾਕ ਹੀ ਮਿਲਦੀ ਹੈ ਲਾਲ ਜਿਹਾ ਪਾਣੀ ਹਾਂਜੀ ਲਾਲ ਜਿਹਾ ਪਾਣੀ ਤੇ ਉਹ ਨਾ ਮਤਲਬ ਮੈਨੂੰ ਖਾਦ ਖੁਦ ਪਾਣ ਦੀ ਲੋੜ ਨਹੀਂ ਪੈਂਦੀਗੀ ਤੇ ਬਿਨਾਂ ਰੇਸ ਪਰਾਲੀ ਪੱਠੇ ਹੋ ਜਾਂਦੀ ਹੈਗੀ ਆ ਦੂਜੀ ਮੁੰਨ ਚਾਲ ਰਿਹਾ ਮੈਂ ਤੇ ਵਧੀਆ ਜੀ ਹਾਂਜੀ ਤੇ ਭਾਈ ਆ ਜਿਹੜਾ ਪੱਠਿਆਂ ਦੇ ਨਾਲ ਇਹ ਸਰਮੂ ਦੇ ਦੋ ਬੂਟੇ ਖੜੇ ਆ ਇਹ ਧਰਤੀ ਤੋਂ ਫੁੱਟ ਉੱਚੇ ਆ ਪੱਠਿਆਂ ਵਾਲੀ ਤੋਂ ਹਾਂ ਨਾ ਤੇ ਬੇ ਵਾਲੇ ਏਰੀਏ ਚ ਤਾਂ ਫੁੱਟ ਤਾਂ ਚਮੀ ਵਾਲੇ ਵਾਹਣ ਦੇ ਲੈਵਲ ਤੋਂ ਉੱਚੇ ਆ ਤੇ ਫੋਟੇ ਪਿੱਛੇ ਆ ਹਾਂਜੀ ਹਾਂ ਤੇ ਇਹ ਇਹਨਾਂ ਬਾਰੇ ਮੜਾ ਜੀ ਚਾਣਨਾ ਪਾਓ ਇਹ ਜੀ ਗੁਰਪ੍ਰੀਤ ਜੀ ਉੱਚੇ ਥਾਂ ਤੇ ਹੈਗੇ ਤੇ ਇਹਨੂੰ ਨਾ ਪਾਣੀ ਦਰੋਂ ਪੱਠੇ ਨੂੰ ਮੈਂ ਲਾਂਦਾ ਸੀਗਾ ਪਾਣੀ ਕੋਲ ਤਿੰਨ ਲੱਗੇ ਆ ਦੂਜੀ ਮੋਣੀ ਚਾਰ ਰਹੇ ਆ ਪੱਠੇ ਨੂੰ ਤਿੰਨ ਤੇ ਤਿੰਨੀ ਇਹਨੂੰ ਸੱਲ ਦੇ ਰੂਪ ਚ ਮਤਲਬ ਉਹ ਮਿਲੇ ਆ ਸਰੋਂ ਦੇ ਪਾਣੂ ਤੇ ਵੇਖੋ ਕਿੰਨੀ ਸੋਹਣੀ ਹੈ ਜਬਰਦਸਤ ਮੈਂ ਆਪਕੇ ਹਿਸਾਬ ਲਾਂਦਾ ਸੀ ਮੈਂ ਕਿਹਾ ਵੀ ਆਪਾਂ ਇੰਨਾ ਪਾਣੀ ਫਲੱਡ ਵਾਂਗੂ ਝੋੜਦੇ ਆ ਉਹ ਪਾਣੀ ਨੂੰ ਜਿਆਦਾ ਨੁਕਸਾਨ ਹੀ ਕਰਦਾ ਪਾਣੀ ਫਸਲ ਨੂੰ ਸੱਲ ਦੇ ਰੂਪ ਚ ਮਿਲੇ ਨਾ ਤੇ ਜਿਆਦਾ ਜਬਰਦਸਤ ਹੁੰਦੀ ਹੈ ਜੇ ਇਹ ਫਸਲ ਨੂੰ ਵੇਖ ਕੇ ਤਾਂ ਮੈਨੂੰ ਲੱਗਦਾ ਜੇ ਇਹਨਾਂ ਦੇ ਦੂਜੇ ਪੂਰੇ ਜੇ ਇਹ ਪੱਠੇ ਮਲ ਪਾਣੀ ਜ਼ਿਆਦਾ ਲੱਗਨੇ ਸੀ ਜੀ ਫੇਰ ਤਾਂ ਮੇਰੇ ਸਾਹ ਹੁਣਾ 7-8 ਹੀ ਲੱਗ ਜਾਣੇ ਸੀਗੇ ਕਿਹਾ ਜੀ ਤਿੰਨ ਪਾਣੀਆਂ ਤੇ ਆ ਹਾਂਜੀ ਤਿੰਨਾਂ ਪਾਣੀਆਂ ਤੇ ਤੇ ਦੂਜੀ ਮੋ ਨਹੀਂ ਚੱਲ ਰਿਆ ਜੀ ਮੈਂ ਕਿਉਂਕਿ ਇਹਦੇ ਨਾਲ ਥੱਲੇ ਪਾਣੀ ਸਿਲ ਬਣੀ ਰਹਿੰਦੀ ਆ ਨਾ ਜੀ ਹਾਂ ਸੋ ਬਾਈ ਹੁਣਾ ਸੀ ਤੁਹਾਨੂੰ ਅਖੀਰ ਦੇ ਵਿੱਚ ਕੁਦਰਤ ਦੇ ਜਿਹੜਾ ਹੈਗਾ ਹੋਰ ਥੋੜਾ ਜਿਹਾ ਰਹੱਸ ਨਾਲ ਜਹਾਨੂੰ ਕਰਾਉਣ ਲੱਗੇ ਆ ਜਿੱਥੇ ਅਸੀਂ ਖੜੇ ਆ ਬਾਈ ਤੇ ਸਾਡੇ ਪੈਰਾਂ 'ਚ ਕੀੜੇ ਬਹੁਤ ਆ ਹਾਂਜੀ ਮਤਲਬ ਅਨਿਵਾਰ ਹੀ ਆ ਹਾਂਜੀ ਤੇ ਪੈਂਟ ਦੇ ਪੌਂਚੇ ਥੱਲੇ ਦੀ ਵੜ ਕੇ ਤੇ ਮੇਰੇ ਨਾਲ ਇੱਥੋਂ ਤੱਕ ਕੀੜੇ ਪਹੁੰਚ ਗਏ ਪੱਟ ਤੱਕ ਤੇ ਜਦੋਂ ਦੇ ਖੜੇ ਆ ਉਦੋਂ ਦੇ ਵਿੱਚ ਤੁਰੇ ਫਿਰਦੇ ਆ ਤੇ ਇੱਕ ਵੀ ਕੀੜੇ ਨੇ ਆਏ ਤੱਕ ਦੰਦੀ ਨਹੀਂ ਵਢੀ ਠੀਕ ਹੈ ਤਾਂ ਇਹਦਾ ਗੁਰਪ੍ਰੀਤ ਜੀ ਇਹ ਭੁੱਖੇ ਨਹੀਂ ਗਏ ਰੱਜੇ ਹੋਏ तकरीबन ਜੀ ਇਹਨਾਂ ਨੂੰ ਖਰਾਕ ਥੱਲੋਂ ਹੀ ਮਿਲ ਗਈ ਤੇ ਭੁੱਖੇ ਹੁੰਦੇ ਫੇਰ ਦੰਦੀ ਘੜਦੇ ਇਹ ਭਾਈ ਰੱਜੀ ਰੂਹ ਵਾਲੇ ਬੰਦੇ ਦੇ ਖੇਤ ਦੇ ਜਿਹੜੇ ਜਾਨਵਰ ਹਨਾ ਜੀਵ ਜੰਤੂ ਆ ਉਹ ਵੀ ਰੱਜੀ ਰੂਹ ਵਾਲੇ ਆ ਉਹ ਵੀ ਇਹ ਕਿਸੇ ਨੂੰ ਤਕਲੀਫ ਨਹੀਂ ਦਿੰਦਾ ਤੇ ਇਹਦੇ ਸੇ ਖੇਤ ਦੇ ਜਿਹੜੇ ਜੀ ਆ ਉਹ ਇਹਦੇ ਮਹਿਮਾਨਾਂ ਨੂੰ ਵੀ ਤਕਲੀਫ ਨਹੀਂ ਦਿੰਦੇ। ਆ ਦੇਖੋ ਜੀ ਇਹ ਤੇ ਨਾ ਆ ਕੇ ਪੰਛੀ ਬਹਿ ਜਾਂਦੇ ਆਗੇ ਅਤੇ ਪੰਛੀ ਤੋਤੇ ਪੰਛੀ ਉਹ ਖਾਂਦੇ ਰਹਿੰਦੇ ਆ ਤੇ ਕੁਝ ਥੱਲੇ ਡੇਗਦੇ ਰਹਿੰਦੇ ਆ ਕਾ ਕਚਰਾ ਜਿਹਾ ਕਰਕੇ ਤੇ ਉਹ ਕਚਰੇ ਆ ਕੀੜਿਆਂ ਦੇ ਕੰਮ ਆਈ ਜਾਂਦੇ ਜੀ ਇਹ ਖਾ ਕੇ ਤੇ ਨਾਲੇ ਦੇਖੋ ਹਾਂ ਇਹ ਕੁਦਰਤ ਦਾ ਬਣਿਆ ਸਿਸਟਮ ਆ। ਸੋ ਭਾਈ ਜੋਰਾਵਰ ਸਿੰਘ ਬਾਈ ਨਾ ਮੈਨੂੰ ਬੜਾ ਵਧੀਆ ਬੰਦਾ ਲੱਗਦਾ ਕਿਉਂਕਿ ਵਧੀਆ ਲੱਗਣ ਵਾਸਤੇ ਕੁਝ ਵਧੀਆ ਉਹਦੇ ਅੰਦਰ ਹੋਣਾ ਚਾਹੀਦਾ। ਤੇ ਜਦੋਂ ਮੈਂ ਪਹਿਲੀ ਵਾਰੀ ਮੈਨਾਂ ਨੂੰ ਮਿਲਿਆ ਸੀ ਤੇ ਮੈਨੂੰ ਉਦੋਂ ਹੀ ਇਹ ਬੰਦਾ ਮਨ ਨੂੰ ਭਾ ਗਿਆ ਸੀ ਤੇ ਹੁਣ ਤਾਂ ਲਗਾਤਾਰ ਇਹਨਾਂ ਕੋਲੇ ਆਉਣਾ ਜਾਣਾ ਬਣਿਆ ਰਹਿੰਦਾ ਤੇ ਜਦੋਂ ਵੀ ਮੈਂ ਇਹਨਾਂ ਕੋਲੇ ਆਉਣਾ ਤੇ ਪਹਿਲਾਂ ਮੈਂ ਇਹਨਾਂ ਨੂੰ ਕਹਿੰਦਾ ਵੀ ਰੋਟੀ ਬਣਾਓ ਠੀਕ ਹੈ ਤੇ ਮੈਂ ਮੈਨੂੰ ਲੱਗਦਾ ਵੀ ਮੈਂ ਭਾਗਾ ਵਾਲਾਂ ਕਿ ਮੈਨੂੰ ਇਹਨਾਂ ਦੇ ਘਰ ਦੀ ਰੋਟੀ ਨਸੀਬ ਹੁੰਦੀ ਹੈ ਕਿਉਂਕਿ ਇਹ ਜਿਸ ਭਾਵਨਾ ਦੇ ਨਾਲ ਆਪਣੇ ਖੇਤ ਚੋਂ ਖੁਰਾਕ ਪੈਦਾ ਕਰਦੇ ਆ ਤੇ ਉਸ 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 ਤੋਂ ਜ਼ਿਆਦਾ ਅ ਜੜੀ ਹੈਗੀ ਨਾ ਉਸ ਤੋਂ ਜ਼ਿਆਦਾ ਸ਼ੁੱਧ ਭਾਵਨਾ ਦੇ ਨਾਲ ਸਾਡੇ ਭੈਣ ਜੀ ਰੋਟੀ ਬਣਾਉਂਦੇ ਆ ਮਤਲਬ ਰੱਜੀ ਰੂਹ ਵਾਲਾ ਬੰਦਾ ਤੇ ਰੱਜੀ ਰੂਹ ਵਾਲੀ ਇਹਨੂੰ ਜੜੀ ਹੈਗੀ ਆ ਧਰਮ ਪਤਨੀ ਮਿਲੀ ਆ ਤੇ ਬੱਚੇ ਵੀ ਰੱਜੀ ਰੂਹ ਵਾਲੇ ਆ ਮਤਲਬ ਜੇ ਤੁਸੀਂ ਬੱਚਿਆਂ ਨੂੰ ਮਿਲੋ ਤਾਂ ਤੁਹਾਨੂੰ ਧਿਆਨ ਚਾਊਗਾ ਯਾਰ ਛੋਟਾ ਪਰਿਵਾਰ ਸੁਖੀ ਪਰਿਵਾਰ ਤੁਸੀਂ ਸੁਣਿਆ ਤਾਂ ਹੋਣਾ ਪਰ ਜੇ ਦੇਖਣਾ ਹੋਇਆ ਤਾਂ ਬਾਈ ਦੇ ਕੋਲੇ ਆ ਜਾਓ ਬਾਈ ਦਾ ਪਿੰਡ ਚੈਲ ਦੇ ਨਾਲ ਫਰੀਦਕੋਟ ਤੇ ਬਾਈ ਦਾ ਫੋਨ ਨੰਬਰ ਬਾਈ ਦੱਸ ਦਿਓ 8427578582 8427578582 ਸੋ ਬਾਈ ਜੀ ਫਰੀਦਕੋਟ ਦੇ ਨਾਲ ਹੀ ਰਹਿ ਜਾਂਦਾ ਹਾਂ ਹਾਂ ਜੀ ਸੋ ਬਾਈ ਜੀ ਹੁਣ ਅਸੀਂ ਤੁਹਾਡੇ ਤੋਂ ਲਮਾਂ ਕੇ ਆ ਗਿਆ ਗੱਲਬਾਤ ਲੱਗੀ ਹੋਵੇ ਚੰਗੀ ਤਾਂ ਇਹਨੂੰ ਵੱਧ ਤੋਂ ਵੱਧ ਲਾਈਕ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਸੁਨੀਹਾ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਦਾ ਹੋ ਸਕੇ ਤੇ ਨਾਲ ਹੀ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮੈਨ ਲਾਈਕ ਹੋਂ ਤੇ ਕਲੈਕਟ ਕਰਦੇ ਤੇ ਫੇਸਬੁੱਕ ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋ ਤੇ ਰეკਮੈਂਡ ਕਰਨਾ ਨਾ ਭੁੱਲਿਓ ਧੰਨਵਾਦ ਸਾਤਸਰੀਆ ਕਾ